ਕੈਨੇਡਾ ਸਰਕਾਰ ਦੇ ਇਨਫਰਾਸਟ੍ਰਕਚਰ ਮਿਨਿਸਟਰ ਮਾਨਯੋਗ ਅਮਰਜੀਤ ਸੋਹੀ ਅਤੇ ਅਲਬਰਟਾ ਸਰਕਾਰ ਵੱਲੋਂ ਕੱਲ੍ਹ ਬਹੁਤ ਵੱਡਾ ਸਮਝੌਤਾ ਕੀਤਾ ਗਿਆ ਜਿਸ ਦੇ ਵਿੱਚ ਕੈਨੇਡਾ ਸਰਕਾਰ ਵੱਲੋਂ$1.08 billion ਅਲਬਰਟਾ ਨੂੰ ਦਿੱਤੇ ਜਾ ਰਹੇ ਹਨ ਜਿਸ ਦੇ ਨਾਲ ਇੱਥੇ ਇਨਫਰਾਸਟ੍ਰਕਚਰ ਦੇ ਵਿੱਚ ਵਾਧਾ ਕੀਤਾ ਜਾਵੇ ਅਤੇ ਜੌਬਸ ਨੂੰ ਵਧਾਉਣ ਵਾਸਤੇ ਇਹ ਉਪਰਾਲੇ ਕੀਤੇ ਜਾਣ ਟੂ ਅਨਾਊਂਸ ਦੈਟ ਵੀ ਹੈਵ ਰੀਚਡ ਐਨ ਐਗਰੀਮੈਂਟ ਔਨ ਫੇਜ਼ 1 ਆਫ ਇਨਵੈਸਟਿੰਗ ਇਨ ਕੈਨੇਡਾ ਦ ਗਵਰਨਮੈਂਟ ਆਫ ਕੈਨੇਡਾ ਇਜ਼ 10-year ਇਨਫਰਾਸਟ੍ਰਕਚਰ ਪਲਾਨ This agreement will provide combined federal, provincial and municipal funding of more than $1.08 billion. ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਹਾਜ਼ਰ ਨੇ ਮਾਨਯੋਗ ਅਮਰਜੀਤ ਸੋਹੀ, ਕੈਨੇਡਾ ਦੇ ਇਨਫਰਾਸਟ੍ਰਕਚਰ ਮਿਨਿਸਟਰ। ਮੰਤਰੀ ਸਾਹਿਬ, ਜੋ ਤੁਸੀਂ ਕੱਲ੍ਹ ਅਲਬਰਟਾ ਸਰਕਾਰ ਦੇ ਨਾਲ ਅਲਬਰਟਾ ਵਾਸਤੇ ਫੰਡ ਦਿੱਤੇ ਨੇ $1.08 billion, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇ। ਗੁਰਪ੍ਰਿੰਦਰ ਜੀ, ਅਸੀਂ ਇਲੈਕਸ਼ਨ ਦੇ ਵਿੱਚ ਇਹ ਵਾਅਦਾ ਕੀਤਾ ਸੀ ਕਿ ਇਨਫਰਾਸਟ੍ਰਕਚਰ ਦੇ ਵਿੱਚ ਇਨਵੈਸਟਮੈਂਟ ਬਹੁਤ ਜ਼ਰੂਰੀ ਆ, ਭਾਵੇਂ ਉਹ ਸਾਡੀਆਂ ਸੜਕਾਂ ਨੇ, ਸਾਡੇ ਬ੍ਰਿਜਸ ਨੇ, ਇੰਟਰਚੇਂਜਸ ਨੇ, ਪਬਲਿਕ ਟ੍ਰਾਂਸਿਟ ਹੈ, ਅਫੋਰਡੇਬਲ ਹਾਊਸਿੰਗ ਦੇ ਵਿੱਚ ਇਨਵੈਸਟ ਕਰਨ ਦੀ ਬਹੁਤ ਲੋੜ ਹੈ, ਰੈਕ੍ਰੀਏਸ਼ਨਲ ਅਤੇ ਕਲਚਰਲ ਫੈਸਿਲਿਟੀ ਦੇ ਵਿੱਚ। ਸੋ ਕੱਲ੍ਹ ਅਸੀਂ ਜੋ ਐਗਰੀਮੈਂਟ ਸਾਈਨ ਕੀਤਾ ਕਿ ਬਜਟ 2016 ਦੇ ਵਿੱਚ ਅਸੀਂ $12 billion ਪਾਸ ਕੀਤਾ ਸੀਗਾ ਕਮਿਊਨਿਟੀ ਇਨਫਰਾਸਟ੍ਰਕਚਰ ਦੇ ਵਿੱਚ ਇਨਵੈਸਟ ਕਰਨ ਵਾਸਤੇ, ਅਤੇ ਉਹਦੇ ਵਿੱਚ ਅਲਬਰਟਾ ਜਿਹੜਾ ਹਿੱਸਾ ਸੀਗਾ ਫਸਟ ਇੰਸਟਾਲਮੈਂਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਪਬਲਿਕ ਟ੍ਰਾਂਸਿਟ ਅਤੇ ਵਾਟਰ ਵੇਸਟ ਵਾਟਰ ਵਾਸਤੇ ਅਸੀਂ ਐਗਰੀਮੈਂਟ ਕੀਤਾ। ਬ੍ਰਾਇਨ ਮੇਸਨ ਉਹਨਾਂ ਨੇ, ਉਹਨਾਂ ਦੇ ਨਾਲ ਜੋ ਸਾਡੇ ਮਿਨਿਸਟਰ ਨੇ ਇੱਥੋਂ ਅਲਬਰਟਾ ਤੋਂ, ਮੇਰੇ ਕਾਊਂਟਰਪਾਰਟ ਮਿਨਿਸਟਰ ਸੋਹੀ, ਵੀ ਅਪਰੀਸ਼ੀਏਟ ਦ ਫੈਡਰਲ ਗਵਰਨਮੈਂਟ ਸਪੋਰਟ ਫਾਰ ਅਲਬਰਟਾਜ਼ ਇਨਫਰਾਸਟ੍ਰਕਚਰ ਇਨੀਸ਼ੀਟਿਵਸ ਐਂਡ ਦਿਸ ਇਜ਼ ਨੋ ਸਮਾਲ ਇਨਵੈਸਟਮੈਂਟ। 67 ਪ੍ਰੋਜੈਕਟ ਅਲਬਰਟਾ ਦੇ ਵਿੱਚ ਸ਼ੁਰੂ ਹੋਣੇ ਨੇ ਅਤੇ ਐਡਮਿੰਟਨ ਦੇ ਵਿੱਚ 44 ਪ੍ਰੋਜੈਕਟ ਸ਼ੁਰੂ ਹੋ ਰਹੇ ਨੇ ਟ੍ਰਾਂਜ਼ਿਟ ਦੇ ਵਿੱਚ ਇਹ, ਪਰ ਅਸੀਂ ਕੁਝ ਹੋਰ ਵੀ ਪ੍ਰੋਜੈਕਟ ਜਿਹੜੇ ਆ ਉਹ ਅਨਾਊਂਸ ਕਰ ਰਹੇ ਹਾਂ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ। ਦਿਸ ਵਿਲ ਅਲਾਉ ਅਸ ਟੂ ਐਕਸੈਲਰੇਟ ਮਚ ਨੀਡਿਡ ਵਰਕ, ਇੰਪਰੂਵ ਕੰਡੀਸ਼ਨਸ ਔਨ ਆਰ ਟ੍ਰਾਂਜ਼ਿਟ ਸਿਸਟਮ ਐਂਡ ਕ੍ਰੀਏਟ ਜੌਬਸ ਅਗੇਨ ਇਨ ਅ ਵੇ ਦੈਟ ਰਿਸਪੈਕਟਸ ਦ ਫਿਸਕਲ ਕਪੈਸਿਟੀ ਆਫ ਦ ਡਿਫਰੈਂਟ ਆਰਡਰਸ ਆਫ ਗਵਰਨਮੈਂਟ, ਐਂਡ ਸੋ ਵੀ ਆਰ ਵੈਰੀ ਗ੍ਰੇਟਫੁਲ ਫਾਰ ਦ ਬ੍ਰੋਡਨਡ ਐਲੀਜੀਬਿਲਿਟੀ ਟੂ ਇਨਕਲੂਡ state of good repair and renewal of our infrastructure. Canada sarkar walon alberta de vich $1.08 billion ate $600 million de ke itthe jobs create karan de vaste sahayata kiti ja rahi aa. Aas karde han ke is de naal bahut sare albertans nu jobs milngiyan jis de naal recession ton bahar nikalan vaste kafi sahayata hoegi. Gurpreet Singh, Madimega, PTC News, Edmonton, Canada.